हांजी दोस्तों ਸਸਤੀਕਾਲ 23 ਜਨਵਰੀ ਕੱਲ ਸਕੂਲਾਂ ਕਾਲਜਾਂ ਨੂੰ ਛੁੱਟੀ ਕਰਨ ਦਾ ਐਲਾਨ ਕੀਤਾ ਗਿਆ ਕੱਲ ਸਾਰੇ ਸਰਕਾਰੀ ਅਦਾਰੇ ਸਕੂਲ ਕਾਲਜ ਬੰਦ ਰਹਿਣਗੇ ਸਰਕਾਰ ਵੱਲੋਂ ਸਥਾਨਕ ਛੁੱਟੀ ਦਾ ਐਲਾਨ ਕੀਤਾ ਗਿਆ ਦਿਖਾਵਾਂਗੇ ਵਿਦ ਪ੍ਰੂਫ ਸਭ ਤੋਂ ਪਹਿਲਾਂ ਇਸ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਸਕੂਲਾਂ ਕਾਲਜਾਂ ਨਾਲ ਸੰਬੰਧ ਅਪਡੇਟਸ ਅਤੇ ਪ੍ਰੀਬੋਰਡ ਪੇਪਰਾਂ ਦੀਆਂ ਪੀਡੀਐਫ ਫਾਈਲਸ ਪਾਉਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਥੱਲੇ ਤੇ ਟੈਲੀਗ੍ਰam ਗਰੁੱਪ ਨੂੰ ਜੁਆਇਨ ਜਰੂਰ ਕਰ ਲਿਓ ਤਾਂ ਹਾਂਜੀ ਦੋਸਤੋ ਚੰਡੀਗੜ੍ਹ ਪੰਜਾਬ ਸਰਕਾਰ ਵੱਲੋਂ ਸਤਿਗੁਰੂ ਸ਼੍ਰੀ ਬਾਬਾ ਲਾਲ ਜੀ ਦੇ ਜਨਮ ਦਿਹਾੜੇ ਮੌਕੇ 23 ਜ 2023 ਨੂੰ ਗਰਦਾਸਪੁਰ ਜ਼ਿਲ੍ਹੇ ਦੇ ਸਥਾਨਕ ਛੁੱਟੀ ਐਲਾਨੀ ਗਈ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਸਤਿਗੁਰੂ ਸ਼੍ਰੀ 바ਵਾ ਲਾਲ ਜੀ ਦੇ ਜਨਮ ਦਿਹਾੜੇ ਮੌਕੇ 'ਤੇ 23 ਜਨਵਰੀ 2023 ਸੋਮਵਾਰ ਨੂੰ ਗੁਰਦਾਸਪੁਰ ਜ਼ਿਲ੍ਹੇ ਦੇ ਸਰਕਾਰੀ ਦਫ਼ਤਰ, ਬੋਰਡ ਕਾਰਪੋਰੇਸ਼ਨ, ਸਰਕਾਰੀ ਵਿਦਿਅਕ ادارے, ਸਕੂਲ ਕਾਲਜ ਸਾਰੇ ਜਿਹੜੇ ਆ ਉਹ ਬੰਦ ਰਹਿਣਗੇ। ਤਾਂ ਵੱਡੀ ਅਪਡੇਟ ਸਾਹਮਣੇ ਆਈ ਸੀ ਗੁਰਦਾਸਪੁਰ ਜ਼ਿਲ੍ਹੇ ਦੇ ਵਾਸਤੇ। ਮੈਂ ਲਗਾਤਾਰ ਛੁੱਟੀਆਂ ਬਾਰੇ ਜੋ ਵੀ ਫੈਸਲੇ ਹੁੰਦੇ ਨੇ ਜਾਂ ਜ਼ਿਲ੍ਹੇ ਵਿੱਚ ਵੀ ਹੁੰਦੇ ਨੇ ਮੈਂ ਸਭ ਤੋਂ ਪਹਿਲਾਂ ਅਪਡੇਟ ਲੈ ਕੇ ਆਉਣਾ। ਸਾਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਅਤੇ ਬਾਅਦ ਉਹਨਾਂ ਨੂੰ ਸ਼ੇਅਰ ਕਰ ਦਿਓ। ਧੰਨਵਾਦ।